ਇਹ ਕਹਾਣੀ ਪਰਦੇਸ ਗਏ ਪਰਦੇਸੀ ਦੇਵ ਤੇ ਉਸਦਾ ਇੰਤਜ਼ਾਰ ਕਰਦੀ ਰਾਣੋ ਦੀ ਹੈ। ਦੇਵ ਜੋ ਘਰ ਦੀ ਖੁਸ਼ਹਾਲੀ ਲਈ ਪਰਦੇਸ ਗਿਆ, ਉੱਥੋਂ ਖਤਾਂ ਦੇ ਸਹਾਰੇ ਹਾਲ ਚਾਲ ਪੁੱਛਦਾ ਤੇ ਦੱਸਦਾ ਰਹਿੰਦਾ। ਪਰ ਕੁਝ ਸਮਾਂ ਖਤ ਆਉਣ ਤੋਂ ਬਾਅਦ ਖਤਾਂ ਦਾ ਸਿਲਸਿਲਾ ਵੀ ਬੰਦ ਹੋ ਗਿਆ ਤੇ ਰਾਣੋ ਆਏ ਹੋਏ ਕੁਝ ਖਤਾਂ ਦੇ ਸਹਾਰੇ ਦੇਵ ਦਾ ਇੰਤਜ਼ਾਰ ਕਰਦੀ। ਅੱਜ 7 ਸਾਲ ਹੋ ਗਏ ਨੇ, ਨਾ ਹੀ ਦੇਵ ਆਇਆ ਤੇ ਨਾ ਹੀ ਉਸਦਾ ਕੋਈ ਖਤ, ਪਰ ਰਾਣੋ ਅੱਜ ਵੀ ਉਸਦਾ ਇੰਤਜ਼ਾਰ ਕਰਦੀ ਹੈ। ਹੀਰੇ ਅੱਖ ਦੀ ਜੋਗਿਆ ਝੂਠ ਬੋਲੇ, ਕੌਣ ਰੁੱਠੜੇ ਯਾਰ ਮਨਾਮ ਦਾ, ਹੋਪਾ ਮਚੂਰੀਆਂ ਘਿਓ ਦੇ ਬਾਲ ਦੀਵੇ ਹੋ ਬਾਰੇ ਸ਼ਾਇ ਯਾਰ ਮਿਲਾਂਦਾਈ, ਹੋ ਤੇਰਾ ਸੋਹਣਿਆ ਜੀਰੀ ਵਾਲਾ ਕੁੜਤਾ ਮੈਂ ਕਿੱਲੇ ਉੱਤੇ ਰੋਜ਼ ਟੱਗਦੀ, ਹੋ ਤੇਰੇ ਪਿੰਡੇ ਦੀ ਵਾਸ਼ਨਾ ਆਵੇ ਜਦੋਂ ਉਹਦੇ ਕੋਲੋਂ ਲੰਘਦੀ, ਹੋ ਤੇਰਾ ਖਾ ਕੇ ਭੁਲੇਖਾ ਜਿਉਣ ਜੋਗਿਆ, ਹੋ ਤੇਰਾ ਖਾ ਕੇ ਭੁਲੇਖਾ ਜਿਉਣ ਜੋਗਿਆ, ਬੇ ਕੁੜਤੇ ਨੂੰ ਢੋਣ ਲੱਗ ਪਈ, ਹੋ ਖਤ ਪੜ ਕੇ ਪੁਰਾਣੇ ਤੇਰੇ ਡਾਡਿਆ ਮੈਂ ਕੱਲੀ ਬਹਿ ਕੇ ਰੋਣ ਲੱਗ ਪਈ, ਮੈਂ ਕੱਲੀ ਬਹਿ ਕੇ ਰੋਣ ਲੱਗ ਪਈ। ਬੋਲੇ ਨਾ ਬੁਲਾਇਆ ਜਿਉਣ ਜੋਗਿਆ, ਤੇ ਉਹ ਬੋਲੇ ਨਾ ਬੁਲਾਇਆ ਜਿਉਣ ਜੋਗਿਆ, ਮੈਂ ਮਿੱਟੀ ਗੱਲ ਲਾਉਣ ਲੱਗ ਪਈ, ਉਹ ਖਤ ਪੜ ਕੇ ਪੁਰਾਣੇ ਤੇਰੇ ਸੋਹਣਿਆ ਮੈਂ ਕੱਲੀ ਬਹਿ ਕੇ ਰੋਣ ਲੱਗ ਪਈ, ਮੈਂ ਕੱਲੀ ਬਹਿ ਕੇ ਰੋਣ ਲੱਗ ਪਈ। ਤਰੀਕੇ ਗੱਲ ਹੋਣ ਲੱਗ ਪਈ, ਉਹ ਖਤ ਪੜ ਕੇ ਪੁਰਾਣੇ ਤੇਰੇ ਸੋਹਣਿਆ ਮੈਂ ਕੱਲੀ ਬਹਿ ਕੇ ਰੋਣ ਲੱਗ ਪਈ, ਮੈਂ ਕੱਲੀ ਬਹਿ ਕੇ ਰੋਣ ਲੱਗ ਪਈ।
ਸਾਹ ਤੋਂ ਪਿਆਰੀ ਤੇਰੀ ਯਾਦ ਨੂੰ, ਤੂੰ ਤਾਂ ਪਰਦੇਸੀ ਬਸ ਹੋ ਗਿਆ, ਯਾਦ ਵੀ ਨਹੀਂ ਕੀਤਾ ਮਟਿਆਰ ਨੂੰ, ਯਾਦ ਵੀ ਨਹੀਂ ਕੀਤਾ ਮਟਿਆਰ ਨੂੰ, ਯਾਦ ਵੀ ਨਹੀਂ ਕੀਤਾ ਮਟਿਆਰ ਨੂੰ। ਮਿੱਠੀ